ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਹੀ ਜੋ ਨੌਜਵਾਨ ਵੀਰ ਆ ਸਿੱਖ ਘਰਾਂ 'ਚ ਬੈਠੇ ਆ ਉਹ ਇੱਥੇ ਪਹੁੰਚਣ ਔਰ ਸਾਨੂੰ ਇੱਥੇ ਮੋਰਚਾ ਫਤਿਹ ਕਰਨ ਵਾਸਤੇ ਸਿੰਘਾਂ ਦੀ ਬਹੁਤ ਜ਼ਰੂਰਤ ਆ ਸੰਗਤ ਦੀ ਜੀ। ਇਹ ਸੰਗਤ ਦਾ ਹੀ ਮੋਰਚਾ ਹੈ, ਸੰਗਤ ਦਾ ਹੀ ਕੰਮ ਹੈ, ਸਾਡਾ ਕੋਈ ਇਕੱਲਿਆਂ ਦਾ ਨਹੀਂ, ਜਾਂ ਭਾਈ ਬਲਵੀਰ ਸਿੰਘ ਹੋਣਾ ਨੇ ਕੋਈ ਇਕੱਲਿਆਂ ਨੇ ਨਹੀਂ ਲਾਇਆ ਇਹ ਸੰਗਤ ਦਾ ਸਾਰਿਆਂ ਦਾ ਹੈ ਜੀ। ਕਿਉਂਕਿ ਹਰਿਮੰਦਰ ਸਾਹਿਬ ਸਾਰਿਆਂ ਦਾ ਸਾਂਝਾ ਹੈ, ਹਿੰਦੂ ਦਾ ਵੀ ਅਤੇ ਸਿੱਖ ਦਾ ਵੀ। ਇੱਥੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਹ ਜੋ ਕੰਜਰਖਾਨਾ ਇਹਨਾਂ ਨੇ ਲਾਇਆ ਇੱਥੇ ਇਹਨਾਂ ਨੂੰ ਹਟਾਇਆ ਜਾਵੇ। ਇਸ ਚੀਜ਼ ਸਰਕਾਰਾਂ ਧਿਆਨ ਕਿਉਂ ਨਹੀਂ ਦੇ ਰਹੀਆਂ? ਸਰਕਾਰਾਂ ਦਾ ਇੱਕੋ ਹੀ ਏਜੰਡਾ ਹੈ ਜੀ ਸਾਡੇ 'ਤੇ। ਜਦੋਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਅੰਗਰੇਜ਼ਾਂ ਨੂੰ ਭਜਾਉਣ ਵਾਸਤੇ ਮੋਰਚਾ ਲੱਗਾ ਸੀ ਅਤੇ ਜਨਰਲ ਡਾਇਰ ਨੇ ਗੋਲੀਆਂ ਚਲਾਈਆਂ, ਉਸ ਤੋਂ ਬਾਅਦ ਸਾਡੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ, ਅਕਾਲੀ ਸਰਕਾਰ ਨੇ ਵੀ ਸਾਡੇ 'ਤੇ ਗੋਲੀਆਂ ਚਲਾਈਆਂ, ਹੁਣ ਕਾਂਗਰਸ ਹੈ ਉਹ ਵੀ ਝੂਠੇ ਪਰਚੇ ਕਰ ਰਹੀ ਹੈ, ਗੋਲੀਆਂ ਚਲਾਏਗੀ ਸਾਡੇ 'ਤੇ। ਸਾਡੇ ਦੇ ਸੰਵਿਧਾਨ ਇਹੀ ਲਾਗੂ ਹੈ, ਸਾਡੀ ਮੰਗ ਸੰਗਤ ਦੀ ਜੋ ਜਨਤਾ ਦੀ ਮੰਗ ਅਜੇ ਤੱਕ ਕਦੀ ਕੋਈ ਪੂਰੀ ਨਹੀਂ ਹੋਈ। ਸਿੱਖਾਂ ਦੀ ਅਗਲੀ ਪ੍ਰਕਿਰਿਆ ਕੀ ਹੋਊਗੀ ਜੇ ਆਪਾਂ ਇਹ ਮੋਰਚੇ ਨੂੰ ਅੱਗੇ ਫਤਿਹ ਕਰਦੇ, ਸਾਡੀ ਗੱਲ ਕੋਈ ਮੰਨੀ ਨਹੀਂ ਜਾਂਦੀ, ਤਾਂ ਕੀ ਹੋਊਗਾ ਅਗਲਾ ਕੰਮ? ਮੈਂ ਸਾਰੀਆਂ ਜਥੇਬੰਦੀਆਂ ਦੇ ਜਥੇਦਾਰ ਸਿੰਘ ਬੈਠੇ ਆ ਇੱਥੇ ਅਤੇ ਇਹਨਾਂ ਨਾਲ ਵਿਚਾਰ, ਇਹਨਾਂ ਨੂੰ ਬੇਨਤੀ ਇਹਨਾਂ ਨੂੰ ਵੀ ਕਰਦੇ ਹਾਂ ਕਿ ਕੋਈ ਵੱਡਾ ਪ੍ਰੋਗਰਾਮ ਤਰੀਕ ਉਲੀਕੀ ਜਾਵੇ, ਜੋ ਸੰਗਤ ਨੂੰ ਵੱਡਾ ਇਕੱਠ ਕਰਕੇ ਇੱਥੇ ਸਰਕਾਰ ਨੂੰ ਝੁਕਾਇਆ ਜਾਵੇ ਜੀ। ਜੋ 307 ਦਾ ਪਰਚਾ ਹੋਇਆ, ਤੁਹਾਨੂੰ ਕੀ ਲੱਗਦਾ ਹੈ, ਬਿਲਕੁਲ ਗਲਤ ਆ? ਬਿਲਕੁਲ ਨਜਾਇਜ਼ ਪਰਚਾ ਵਾ, ਤੁਹਾਡੇ ਸਾਹਮਣੇ ਬੁੱਤ ਵੀ ਖੜ੍ਹੇ ਆ, ਸਭ ਕੁਝ ਖੜ੍ਹਾ ਵਾ, ਪੱਥਰ ਤੋੜੇ ਗਏ ਆ ਅਤੇ ਪਰਚਾ ਬੰਦਾ ਮਾਰਨ ਦਾ ਕਰ ਦਿੱਤਾ ਗਿਆ ਇਹਨਾਂ ਦੇ। ਪ੍ਰਸ਼ਾਸਨ ਨੂੰ, ਸਰਕਾਰਾਂ ਨੂੰ ਕੀ ਕਹਿਣਾ ਚਾਹੋ? ਸਰਕਾਰ ਨੂੰ ਸਾਨੂੰ ਇਹੋ ਹੀ ਆ ਵੀ ਜੇ ਅਕਾਲੀ ਦਲ ਦੇ ਸੁਖਬੀਰ ਬਾਦਲ ਨੇ ਲਾ ਦਿੱਤੇ ਗਏ ਬੁੱਤ, ਅਤੇ ਇਹ ਹੁਣ ਕਾਂਗਰਸ ਜਿਹੜੀ ਸਰਕਾਰ ਆ ਇਸ ਟਾਈਮ, ਕੈਪਟਨ ਅਮਰਿੰਦਰ ਸਿੰਘ ਉਹ ਵੀ ਸਿੱਖ ਆ, ਪੱਗ ਉਹਨੇ ਵੀ ਸਿਰ 'ਤੇ ਬੰਨ੍ਹੀ ਹੋਈ ਆ, ਉਹਦਾ ਫਰਜ਼ ਬਣਦਾ ਵੀ ਇਹਨਾਂ ਨੂੰ ਹਟਾ ਦਿੱਤਾ ਜਾਵੇ, ਸਿੰਘਾਂ ਦੀਆਂ ਮੰਗਾਂ ਜੋ ਮੰਨੀਆਂ ਜਾਣ ਔਰ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਜਿਹੜੇ ਸਿੰਘ ਫੜ ਕੇ ਅੰਦਰ ਦਿੱਤੇ ਹੋਏ ਨੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਕੀ ਕਹੋਗੇ ਤੁਸੀਂ ਬੁੱਤਾਂ ਬਾਰੇ? ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਵੇਖੋ ਦਾਨ ਦਾ ਮਹਾਰਾਜ ਜੀ, ਵੇਖੋ ਜੀ ਜੀ, ਬੁੱਤਾਂ ਬਾਰੇ ਦੱਸੋ। ਬੁੱਤ ਤੋਂ ਆਪਣਾ ਬੁੱਤ ਉਠਾਉਣੇ ਚਾਹੁੰਦੇ ਆ ਆਪ, ਅਸੀਂ ਚੰਗਾ ਕੰਮ ਕਰ ਰਹੇ ਆ, ਪਰ ਲੋਕ ਸਾਡੀ ਮੰਨਦਾ ਕੋਈ ਨਹੀਂ ਗਾ, ਸਾਡੀ ਮੰਨਦਾ ਕੋਈ ਨਹੀਂ ਗਾ, ਹੈ ਤੇ ਹੋਰ ਆਪਾਂ ਰਲ ਮਿਲ ਕੇ ਜਿਹੜਾ ਕੰਮ ਕਰਨਾ ਕਰੋ ਜੀ, ਹਾਂ ਤੇ ਲੜਾਈ ਝਗੜਾ ਕਰਨਾ ਕਿਸੇ ਕੰਮ ਨਹੀਂ ਜੀ, ਹਾਂ ਆਪ ਜਿਹੜੀ ਸਲਾਹ ਕਰਨੀ ਸਭ ਤੋਂ ਅੱਛੀ ਹੈ ਜੀ, ਤੇ ਹੋਰ ਤੇ ਆਪਾਂ ਇੱਕ ਦੂਜੇ ਦੀ ਚੁਗਲੀ ਮੰਨਣੀ ਚਾਹੁੰਦੇ ਨਹੀਂ ਗੇ ਜੀ, ਜੋ ਕਹਿੰਦੇ ਗੱਲ ਸਮੇਂ ਕਰੋ ਜੀ, ਚੀਜ਼ ਦੇਵਾਂਗੇ ਸਾਹਮਣੇ ਦੇਵਾਂਗੇ, ਨਹੀਂ ਦੇਵਾਂਗੇ ਨਹੀਂ ਦੇਵਾਂਗੇ, ਠੀਕ ਹੈ। ਚੜ੍ਹਦੀ ਕਲਾ ਪੁੱਤ ਨੂੰ ਰਹੂਗੀ, ਵੇਖੋ ਜੀ ਮਹਾਰਾਜ, ਚੜ੍ਹਦੀ ਕਲਾ ਕਰੂ ਮੇਰੇ ਪੁੱਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਅੱਗੇ ਮਸਾ ਰੰਗੜ ਕੰਜਰੀਆਂ ਵਿੱਚ ਆਉਂਦਾ ਸੀ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ, ਇਹ ਸਰਕਾਰਾਂ ਜਿਹੜੀਆਂ ਨੇ ਪਹਿਲਾਂ ਤਾਂ ਜ਼ੁਲਮ ਕਰਦੀ ਰਹੀ ਆ ਮੁਗਲ ਸਰਕਾਰ, ਇਹ ਵੀ ਮੁਗਲਾਂ ਨੂੰ ਘੱਟ ਨਹੀਂ, ਇਹ ਮੁਗਲਾਂ ਨੂੰ ਵੱਧ ਨੇ ਜੀ।
ਇਹ ਸਾਡੇ ਦੇਸ਼ ਦੀ ਸਰਕਾਰ ਹੋ ਕੇ ਸਾਡੇ 'ਤੇ ਅੱਤਿਆਚਾਰ ਕਰ ਰਹੀ ਆ। ਇਹ ਰਸਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦਾ, ਇੱਥੇ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਨੇ, ਗੁਰੂ ਘਰ ਵਾਸਤੇ ਆਪਣਾ ਧਨ ਮਨ ਅਰਪਣ ਕੀਤਾ ਆ, ਉਹਨਾਂ ਦੇ ਬੁੱਤ ਲੱਗਣੇ ਚਾਹੀਦੇ ਨੇ। ਇੱਥੇ ਨਚਾਰਾਂ ਦੇ ਬੁੱਤਾਂ ਦੀ ਕੋਈ ਲੋੜ ਨਹੀਂ ਅਤੇ ਨਾ ਹੀ ਅਸੀਂ ਨਚਾਰਾਂ ਦੇ ਬੁੱਤ ਲੱਗਣ ਦਿਆਂਗੇ। ਜਿੰਨਾ ਚਿਰ ਤੱਕ ਇਹ ਬੁੱਤ ਹਟਾਏ ਨਹੀਂ ਜਾਂਦੇ, ਉਨਾ ਚਿਰ ਅਸੀਂ ਇੱਥੋਂ ਧਰਨਾ ਨਹੀਂ ਚੁੱਕਾਂਗੇ। ਬੰਦ ਬੰਦ ਕਟਵਾ ਦਿਆਂਗੇ, ਕੱਟਾਂ ਕਟਾਵਾਂਗੇ, ਨਹੀਂ ਹੁਣ ਕੱਟਾਂਗੇ। ਹੁਣ ਸਾਡੀ ਮੰਗ ਨਾ ਮੰਨੀ ਗਈ ਅਤੇ ਅਸੀਂ ਸ਼ਹੀਦੀਆਂ ਪਾਉਣੀਆਂ ਨਹੀਂ, ਸ਼ਹੀਦੀਆਂ ਇਹਨਾਂ ਦੀਆਂ ਪਾਵਾਂਗੇ ਜਿਨ੍ਹਾਂ ਨੇ ਬੁੱਤ ਲਾਏ ਨੇ, ਇਹਨਾਂ ਦੀਆਂ ਸ਼ਹੀਦੀਆਂ ਪੈਣੀਆਂ। ਹੁਣ ਸ਼ਹੀਦੀਆਂ ਬੜੀਆਂ ਪਾ ਪਾ ਕੇ ਵੇਖ ਲਈਆਂ ਨੇ। ਵਾਹਿਗੁਰੂ।